ਭਾਜੀ ਅੱਜ ਕੱਲ ਅਖਬਾਰਾਂ ਚ ਬੜਾ ਆਉਣ ਡਿਆ ਕਿ ਲੀਵਰ ਦੀ ਗਰਮੀ ਕਰਕੇ ਸਕਿਨ ਪ੍ਰੋਬਲਮ ਬੜੀਆਂ ਹੋ ਰਹੀਆਂ। ਤੇ ਬਾਕੀ ਗੱਲਾਂ ਹੁੰਦੀਆਂ ਕੋਈ ਇਹੋ ਜਿਹੀ? ਔਰ ਯਾਰ ਇਤਨਾ ਹੋ ਜਾਂਦਾ। ਅੱਛਾ ਤੇ ਪੈਂਦੀ ਕਿਤਨਾ? ਆ ਜਿਹੜਾ ਲੋਕੀ ਜ਼ਿਆਦਾ ਸ਼ਰਾਬ ਪੀਂਦੇ ਆ, ਮੀਟ ਮੂਟ ਖਾਂਦੇ ਆ, ਫਰਾਈਡ ਭਾਰਾ ਤਲਿਆ ਖਾਂਦੇ ਆ, ਉਹਨਾਂ ਦੇ ਲੀਵਰ ਨੂੰ ਇਫੈਕਟ ਪੈਂਦਾ, ਫਿਰ ਜਾ ਕੇ ਲੀਵਰ ਚ ਗਰਮੀ ਪੈ ਜਾਂਦੀ ਆ। ਜਿਹੜਾ ਉਹ ਸਰਦਾਰ ਆ ਜਿਹੜਾ ਕਹਿੰਦਾ ਠੰਡ ਪਾ, ਉਹ ਤੋਂ ਵੀ ਠੰਡ ਨੀ ਪਊਗੀ? ਨਾ ਨਾ ਉਹਦੇ ਤੇ ਵੱਸ ਦਾ ਕੰਮ ਹੀ ਨੀ, ਕਿਉਂਕਿ ਬਾਹਰ ਤੇ ਜਿਹੜੀ ਆਪਣੀ ਨਵੰਬਰ ਦਸੰਬਰ ਜਨਵਰੀ ਫਰਵਰੀ ਇਧਰ ਉਧਰ ਪੈਂਦੀ ਹੈ ਠੰਡ, ਤੇ ਫਿਰ ਜਿਹੜੀ ਲੀਵਰ ਦੀ ਠੰਡ ਆ ਉਹ ਕਦੋਂ ਪੈਂਦੀ ਆ? ਇਹ ਵੀ ਕਾਕਾ ਲੀਵਰ ਦੀ ਜਿਹੜੀ ਗਰਮੀ ਆ ਨਾ ਇਹ ਉਦੋਂ ਹੀ ਠੰਡੀ ਹੁੰਦੀ ਆ ਜਦੋਂ ਬੰਦਾ ਠੰਡਾ ਪੈ। ਬੰਦਾ ਠੰਡਾ ਮਤਲਬ ਯਾਨੀ ਬਕਵਾਸ ਬੰਦ ਕਰ, ਮਤਲਬ ਤੂੰ ਆਪਣੀ ਸ਼ੁਰੂ ਕਰਨੀ।